Assalamu alaikum. Welcome back, new below. ਉਮੀਦ ਕਰਨੇ ਆ ਮੇਰੇ ਭੈਣ ਭਰਾ ਸਭ ਠੀਕ ਠਾਕ ਹੋਣਗੇ, ਅੰਕਲ ਮੇਰੇ ਚਾਚੇ ਮੇਰੇ ਬਾਬੇ ਮੇਰੀ ਤਾਈਆਂ ਮੇਰੀ ਫੁੱਫੋ, ਉਮੀਦ ਕਰਨੇ ਆ ਸਭ ਠੀਕ ਠਾਕ ਹੋਣਗੇ। ਅੱਲਾਹ ਤਾਲਾ ਸਿਹਤ ਵਾਲੀ ਲੰਮੀ ਜ਼ਿੰਦਗੀ ਅਤਾ ਫਰਮਾਵੇ। ਅਤੇ ਕੱਲ੍ਹ ਵਾਲੀਆਂ ਤੁਸੀਂ ਇਰਾਕ ਦੀਆਂ ਵੀਡੀਓ ਵੇਖੀਆਂ ਅਤੇ ਅੱਜ ਈਰਾਨ, ਅਸੀਂ ਪਹੁੰਚ ਚੁੱਕੇ ਹਾਂ ਈਰਾਨ ਅਤੇ ਤੁਹਾਨੂੰ ਈਰਾਨ ਦੀ ਤਹਿਰਾਨ ਦੇ ਵਿੱਚ ਜਿਹੜੀਆਂ ਜ਼ਿਆਰਤਾਂ ਨੇ ਉਹਦੀਆਂ, ਅਤੇ ਉਸ ਤੋਂ ਬਾਅਦ ਅਸੀਂ ਪਹੁੰਚਾਂਗੇ ਬੀਬੀ ਸੈਨ ਅਤੇ ਕੁੰਮ, ਅਤੇ ਕੁੰਮ ਦੀਆਂ ਬਾਅਦ 'ਚ ਤੁਹਾਨੂੰ ਕਰਾਵਾਂਗੇ। ਅਤੇ ਅੱਜ ਤੁਸੀਂ ਤਹਿਰਾਨ ਦੇ ਵਿੱਚ ਜਿਹੜੀਆਂ ਜ਼ਿਆਰਤਾਂ ਨੇ ਉਹ ਤੁਹਾਨੂੰ ਕਰਾਉਣੇ ਆ। ਮੇਰੀ ਵੀਡੀਓ ਨੂੰ ਲਾਈਕ ਕੀਤਾ ਯਾਰ, ਲਾਈਕ ਕਰੋ ਨਾ, ਲਾਈਕ ਕਰੋ, ਅੱਗੇ ਦੋਸਤਾਂ ਨੂੰ ਸ਼ੇਅਰ ਕਰੋ ਔਰ ਬੈਲ ਦੇ ਬਟਨ ਨੂੰ ਦਬਾਓ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਹੋ ਸਕੇ ਅਤੇ 100K ਦੇ ਨਜ਼ਦੀਕ ਪਹੁੰਚੀਏ। ਅਤੇ ਆਓ ਫਿਰ ਤੁਹਾਨੂੰ ਵਿਖਾਉਣੇ ਆ ਅੱਜ ਦੀਆਂ ਜ਼ਿਆਰਤਾਂ ਤਹਿਰਾਨ ਦੇ ਵਿੱਚ ਕਿਹੜੀ ਕਿਹੜੀ ਜ਼ਿਆਰਤ। ਹਾਂਜੀ, ਇਹ ਦਰਖਤ ਉਹ ਜੀ ਜਿਹੜਾ ਮੌਲਾ ਰਜ਼ਾ ਅਲੈ ਇਸਲਾਮ ਨੇ ਆਪਣੇ ਹੱਥਾਂ ਦੇ ਨਾਲ ਲਾਇਆ ਸੀ ਜਦੋਂ ਮਦੀਨੇ 'ਚੋਂ ਇੱਥੇ ਬੁਲਾਇਆ ਸੀ ਨਾ ਨਿਸ਼ਾਪੁਰ ਵਾਲਿਆਂ, ਅਤੇ ਇਹ ਉਹ ਜ਼ਖਮ ਹੈ ਜਿਹੜਾ ਮੌਲਾ ਦੂਸਰਾ ਦਰਖਤ ਹੈ ਜਿਹੜਾ ਮੌਲਾ ਰਜ਼ਾ ਨੇ ਆਪਣੇ ਹੱਥਾਂ ਨਾਲ ਇਹ ਦਰਖਤ ਨੂੰ ਲਾਇਆ ਸੀ। ਦੋ ਦਰਖਤ ਸਨ, ਇੱਕ ਹੁਣ ਉਹਨਾਂ ਕੱਢ ਦਿੱਤਾ ਮੇਰੇ ਖਿਆਲ 'ਚ, ਇੱਕ ਰਹਿ ਗਿਆ। ਇਹ ਉਹ ਦਰਖਤ ਹੈ ਜਿਹੜਾ ਮੌਲਾ ਰਜ਼ਾ ਦੇ ਹੱਥਾਂ 'ਤੇ ਲੱਗਾ ਅਤੇ ਹਾਲੇ ਤਿਕਰਾ ਉਵੇਂ ਬਿਲਕੁਲ ਖੜ੍ਹਾ ਹੈ। ਸਦਕੇ ਬਿਸਮਿਲ੍ਲਾ, ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ। ਅਤੇ ਅੰਦਰ ਵਹਾਣੇ ਆ ਤੁਹਾਨੂੰ ਮੌਲਾ ਦੀ ਕਦਮਗਾਹ ਅਤੇ ਮੌਲਾ ਦਾ ਖੂਹਾਂ ਉਹ ਤੁਹਾਨੂੰ ਵਿਖਾਉਣੇ ਆ, ਅਤੇ ਵੇਖ ਕੇ ਜ਼ਿਆਰਤ ਕਰੋ, ਉਹਦੀ ਜੋ ਦਿਲੀ ਹਾਜਾਤ ਨੇ ਉਹ ਪੂਰੀਆਂ ਕਰੋ। ਅੱਲਾਹ ਤਾਲਾ ਹਰ ਇੱਕ ਨੂੰ ਇੱਥੇ ਆਉਣ ਦੀ, ਇੱਥੇ ਕਿਸਮਤ ਵਾਲਾ ਹੀ ਆ ਸਕਦਾ, ਪੈਸੇ ਵਾਲਾ ਨਹੀਂ, ਕਿਸਮਤ ਵਾਲਾ। ਜਿਹਦੇ 'ਤੇ ਗਾਜ਼ੀ ਅਬਾਸ ਦਾ ਕਰਮ ਹੋਵੇ ਅਤੇ ਗਾਜ਼ੀ ਅਬਾਸ ਜਿਹਨੂੰ ਬੁਲਾਵੇ ਉਹ ਹੀ ਇੱਥੇ ਆ ਸਕਦਾ, ਦੂਸਰਾ ਬੰਦਾ ਇੱਥੇ ਨਹੀਂ ਆ ਸਕਦਾ, ਕਿਉਂਕਿ ਉਹਨਾਂ ਦੇ ਪਾਕ ਇਹ ਜੀ ਸੁਬਹਾਨ ਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅੱਲਾਹ ਤਾਲਾ ਹਰ ਇੱਕ ਨੂੰ ਇੱਥੋਂ ਦੀ ਜ਼ਿਆਰਤ ਨਸੀਬ ਫਰਮਾਵੇ। ਸਦਕੇ ਮੌਲਾ, ਸਦਕੇ ਸਦਕੇ ਮੌਲਾ, ਸਦਕੇ। ਹਾਂਜੀ, ਇਹ ਜੇ ਮੌਲਾ ਦਾ ਚਸ਼ਮਾ, ਇਹ ਵੇਖੋ ਸੁਬਹਾਨ ਅੱਲਾ, ਹਾਲੇ ਤੱਕ ਨਾ ਥੋੜ੍ਹਾ ਥੋੜ੍ਹਾ ਪਾਣੀ ਨਾ ਚਸ਼ਮੇ ਤੋਂ ਵਗ ਰਿਹਾ। ਇਹ ਮੌਲਾ ਰਜ਼ਾ ਦੇ ਹੱਥਾਂ ਦਾ ਲੱਗਾ ਹੋਇਆ ਚਸ਼ਮਾ, ਉਹਨਾਂ ਸ਼ਾਹ 'ਚ ਫਿਰ ਇਹ ਟਾਈਲਾਂ ਲਾ ਕੇ ਉਹਨੂੰ ਬੰਦ ਕੀਤਾ, ਥੋੜ੍ਹੇ ਜਿਹਾ ਇੱਕ ਜਗ੍ਹਾ ਤੋਂ ਸੁਰਾਖ ਨੇ ਜਿੱਥੋਂ ਚਸ਼ਮਾ ਜਿਹੜਾ ਉਹ ਦਿਸਦਾ ਹੈ ਕਿ ਚਸ਼ਮਾ ਹੈ। ਬਿਸਮਿਲ੍ਲਾ ਬਿਸਮਿਲ੍ਲਾ, ਸਦਕੇ ਸਦਕੇ ਸੋਹਣਿਆ, ਸਦਕੇ ਖੈਰਾਂ ਤੇਰੀਆਂ। ਇਹ ਜੇ ਉਹਨਾਂ ਦੀ ਕਦਮਗਾਹ ਤੁਹਾਨੂੰ ਵਿਖਾਉਂਦੇ ਹਾਂ ਸਹੀ ਤਰੀਕੇ ਨਾਲ, ਉਹਨਾਂ ਦੇ ਕਦਮ ਮੁਬਾਰਕ ਲੱਗੇ ਹੋਏ। ਇਹ ਉੱਪਰ ਜ਼ਰੀ ਬਣੀ ਹੈ ਛੋਟੀ ਜਿਹੀ ਕਦਮਗਾਹ 'ਤੇ। ਸਾਡੇ ਕਾਫਲੇ ਦੇ ਅੱਲਾਹ ਹਰ ਇੱਕ ਨੂੰ ਸਿਹਤ ਤੰਦਰੁਸਤੀ ਬਖਸ਼ੇ, ਕਾਫਲੇ ਦੇ ਸਾਰੇ ਲੋਕ ਹੀ ਬਹੁਤ ਅੱਛੇ ਨੇ, ਅਸੀਂ ਇੱਕ ਦੂਜੇ ਦੇ ਸਾਹ ਸਾਹ ਮਿਲਾਉਂਦੇ ਨੇ, ਇੱਕ ਦੂਜੇ ਦੇ ਨਾਲ ਜੁੜ ਕੇ
ਅੱਲਾਹ ਤਾਲਾ ਹਰ ਇੱਕ ਨੂੰ ਸਿਹਤ ਵਾਲੀ ਲੰਮੀ ਜ਼ਿੰਦਗੀ ਅਤਾ ਫਰਮਾਵੇ। ਉਹ ਸਾਹਮਣੇ ਕਦਮ ਮੁਬਾਰਕ ਜੇ ਜ਼ਿਆਰਤ ਕਰੋ ਮੌਲਾ ਰਜ਼ਾ ਦੇ ਕਦਮ ਮੁਬਾਰਕ ਦੀ। ਬਿਸਮਿਲ੍ਲਾ ਬਿਸਮਿਲ੍ਲਾ ਨਜ਼ਰ ਆਏ, ਕਿਆ ਬਾਤ ਹੈ ਮੌਲਾ ਤੇਰੀ। ਨਬੀ ਪਾਕ ਪੈਲਸਨ ਮੰਗਦੇ ਰਹੇ ਕਲਮ ਦੁਆਤ, ਕਾਗਜ਼ ਕਿਸੇ ਤਹਿਰੀਰ, ਉਹਨੇ ਕਿਉਂਕਿ ਲਿਖ ਕੇ ਦੇਣਾ। ਕਿਸੇ ਕਿਹਾ ਜੀ ਨਹੀਂ, ਸਾਡੇ ਵਾਸਤੇ ਕੁਰਾਨ ਕਾਫੀ ਹੈ। ਇੱਥੇ ਮੌਲਾ ਰਜ਼ਾ ਨੂੰ ਕਹਿੰਦੇ ਕਿ ਸਾਨੂੰ ਕੁਛ ਹਦੀਸ ਲਿਖ ਦਿਓ। ਉਹਨੇ ਹੈ ਉਦੋਂ ਤੁਸੀਂ ਨਬੀ ਪਾਕ ਦੇ ਕਹਿਣ 'ਤੇ ਕਾਗਜ਼ ਕਲਮ ਨਹੀਂ ਦਿੱਤਾ ਅਤੇ ਮੈਨੂੰ ਉਹਦੇ ਤਹਿਤ ਕੋਈ ਹਦੀਸ ਲਿਖ ਦਿਓ, ਲਿਆਓ। ਮੌਲਾ ਨੇ ਫਿਰ ਕਾਫੀ ਹਦੀਸਾਂ ਬਿਆਨ ਕੀਤੀਆਂ। ਇਸ ਮੌਲਾ ਰਜ਼ਾ ਨੇ ਸਦਕੇ ਜਾਵਾਂ, ਆਲੇ ਨਬੀ ਸੀ ਨਾ, ਉਲਾਦੇ ਅਲੀ ਸੀ। ਸੁਬਹਾਨ ਅੱਲਾ ਸੁਬਹਾਨ ਅੱਲਾ। ਇਹ ਸਾਡਾ ਕਾਫਲਾ ਹੈ ਜੀ ਜਿਹੜਾ ਇਸ ਵਕਤ ਆਇਆ। ਜ਼ਿਆਰਤ ਕਰੋ ਮੌਲਾ ਦੀ ਕਦਮਗਾਹ ਦੀ। ਚਸ਼ਮਾ ਵੀ ਤੁਹਾਨੂੰ ਵਿਖਾਇਆ, ਹੁਣ ਆ ਰਹੇ ਹਾਂ ਬਾਹਰ ਨੂੰ। ਸੁਬਹਾਨ ਅੱਲਾ ਸੁਬਹਾਨ ਅੱਲਾ। ਭਾਈ ਇਕਬਾਲ ਵਿਚਾਰੇ ਦੀ ਬਹੁਤ ਤਬੀਅਤ ਖਰਾਬ ਹੈ, ਅੱਲਾਹ ਤਾਲਾ ਸਿਹਤ ਦੇਵੇ। ਇਹ ਜੇ ਜੀ ਕਦਮਗਾਹ, ਫਿਰ ਮੈਂ ਆਖਿਆ ਇੱਕ ਦਫ਼ਾ ਵਿਖਾ ਦਿਆਂ ਤੁਹਾਨੂੰ ਨਜ਼ਦੀਕੀ ਦੇ ਨਾਲ। ਸੁਬਹਾਨ ਸੁਬਹਾਨ, ਕਿਆ ਬਾਤ ਹੈ ਮੌਲਾ ਤੇਰੀ, ਕਿਆ ਬਾਤ ਹੈ ਮੌਲਾ ਤੇਰੀ। ਮੌਲਾ ਸਦਕੇ ਜਾਈਏ, ਸਦਕੇ ਜਾਈਏ ਤੇਰੇ। ਇਹ ਆ ਗਏ ਜੀ ਬੀਬੀ ਸ਼ਹਿਰ ਬਾਨੋ, ਮੌਲਾ ਹੁਸੈਨ ਦੀ ਬੇਗਮ ਜੋਜਾ, ਮੁਰਸ਼ਦਜ਼ਾਦੀ, ਪਾਕ ਮੁਰਸ਼ਦਜ਼ਾਦੀ। ਬੜੀ ਉੱਚੀ ਅਸੀਂ, ਰਾਤ ਦਾ ਸਮਾਂ ਹੋ ਗਿਆ ਸੀ ਅਤੇ ਬੜੀ ਉੱਚੀ ਪਹਾੜੀ 'ਤੇ ਬੀਬੀ ਹੁਸੈਨ ਦੀ ਜ਼ਰੀ ਮੁਬਾਰਕ ਹੈ। ਤਹਿਰਾਨ ਦੀ ਜ਼ਿਆਰਤ ਕਰੋ, ਤਹਿਰਾਨ ਵੇਖੋ ਤੁਸੀਂ, ਤਹਿਰਾਨ ਦੀ ਰੋਸ਼ਨੀ, ਰਾਤ ਦੀਆਂ ਰੋਸ਼ਨੀਆਂ ਵਿੱਚ ਕਿੱਡਾ ਵੱਡਾ ਸ਼ਹਿਰ ਹੈ ਤਹਿਰਾਨ। ਸੁਬਹਾਨ ਅੱਲਾ। ਅਤੇ ਮੁਰਸ਼ਦਜ਼ਾਦੀ ਉਹ ਉੱਤੇ ਬੜੀ ਕਾਂਠੀ ਜੇ ਉੱਪਰ, ਕਿਉਂਕਿ ਪਹਾੜੀ ਨੂੰ ਤਰਾਸ਼ ਤਰਾਸ਼ ਕੇ ਉਹਨਾਂ ਸੜਕ ਬਣਾਈ ਹੈ ਅਤੇ ਬੜੀ ਚੜ੍ਹਾਈ ਹੈ, ਗੱਡੀਆਂ ਨਹੀਂ ਉੱਪਰ ਜਾ ਸਕਦੀਆਂ, ਬੰਦੇ ਹੀ ਥੱਕ ਆ ਕੇ ਉੱਪਰ ਜਾਂਦੇ ਨੇ ਅਤੇ ਉੱਤੇ ਜਾ ਕੇ ਬੀਬੀ ਹੁਸੈਨ ਦੀ ਜ਼ਿਆਰਤ ਕਰਦੇ ਨੇ। ਅੱਲਾਹ ਤਾਲਾ ਤੁਹਾਨੂੰ ਵੀ ਇਸ ਮੁਕਾਮ 'ਤੇ ਲੈ ਕੇ ਆਵੇ ਅਤੇ ਤੁਸੀਂ ਵੀ ਬੀਬੀ ਹੁਸੈਨ ਦੀ ਜ਼ਿਆਰਤ ਕਰੋ। ਸੁਬਹਾਨ ਅੱਲਾ, ਸਦਕੇ ਜਾਈਏ ਬੀਬੀ ਹੁਸੈਨ, ਸਦਕੇ 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 ਮੁਰਸ਼ਦਜ਼ਾਦੀ। ਹਰ ਇੱਕ ਦੀ ਦਿਲੀਆਂ ਹਾਜਾਤਾਂ ਪੂਰੀਆਂ ਕਰ ਮੁਰਸ਼ਦਜ਼ਾਦੀ। ਅੱਲਾਹ ਤਾਲਾ ਤੁਹਾਡੇ ਬਹੁਤ ਕਰੀਬ ਹੈ ਅਤੇ ਤੁਹਾਡੇ ਵਸਾਇਲ ਨਾਲ ਅਸੀਂ ਅੱਲਾਹ ਤਾਲਾ ਕੋਲੋਂ ਮੰਗਦੇ ਹਾਂ। ਵੇਖੋ ਤਹਿਰਾਨ ਸ਼ਹਿਰ, ਇਹ ਇੰਝ ਹੀ ਸਰ ਸਮਝੋ ਜਿਵੇਂ ਯੂਰਪ ਕੰਟਰੀ ਹੈ। ਇੱਥੇ ਦਾ ਫੈਸ਼ਨ ਯੂਰਪ ਕੰਟਰੀ ਨਾਲ ਮਿਲਦਾ, ਕਿਉਂਕਿ ਇੱਥੋਂ ਦੀਆਂ ਔਰਤਾਂ ਪੈਂਟਾਂ ਸ਼ਰਟਾਂ, ਅਤੇ ਜਿੱਥੇ ਹਰਮੈਨ ਨੇ ਉੱਥੇ ਉਹਨਾਂ ਹਜਾਬ ਪਾ ਕੇ ਆਉਣਾ, ਬੁਰਖਾ ਪਾ ਕੇ ਆਉਣਾ, ਨਹੀਂ ਤਾਂ ਹਰਮੈਨ ਦੇ ਅੰਦਰ ਵੜ ਨਹੀਂ ਦਿੰਦੇ। ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ। ਹਾਲੇ ਅਸੀਂ ਉੱਪਰ ਦੀ ਤਰਫ ਜਾ ਹੀ ਰਹੇ ਹਾਂ, ਹਾਲੇ ਬੀਬੀ ਹੁਸੈਨ ਦੀ ਜ਼ਰੀ ਨਹੀਂ ਆਈ। ਤੁਸੀਂ ਲਾ ਲਿਆ ਸਾਹਿਬ ਵੀ ਕਦੋਂ ਦੇ ਟੁਰਨ ਲੱਗੇ ਹਾਂ ਅਤੇ ਹਾਲੇ ਤੱਕ ਬੀਬੀ ਹੁਸੈਨ ਦੀ ਜ਼ਰੀ 'ਤੇ ਨਹੀਂ ਪਹੁੰਚੇ, ਏਡੀ ਉੱਚੀ ਪਹਾੜੀ 'ਤੇ ਆ। ਉਹ ਸਾਹਮਣੇ ਜ਼ਰੀ ਜੇ ਇਹ ਸੀੜੀਆਂ ਨੇ
ਇਹ ਸੀੜੀਆਂ ਤੋਂ ਅੱਗੇ ਸੀਨ ਸ਼ੁਰੂ ਹੋ ਜਾਂਦਾ ਹੈ ਬੀਬੀ ਸੈਨ ਦਾ, ਅਤੇ ਤੁਸੀਂ ਦੇਖ ਰਹੇ ਜੇ ਕਿ ਰਾਤ ਦੇ 9-10 ਅਤੇ ਲੰਗਰ ਇੱਥੇ ਤਰਬੂਜ਼ ਦਾ ਜੂਸ, ਤਰਬੂਜ਼ ਅਤੇ ਪਾਕਿਸਤਾਨੀ ਬਿਰਿਆਨੀ, ਫਿਰ ਇੱਥੇ ਮਜਲਿਸ ਹੋ ਰਹੀ ਜੇ, ਅਤੇ ਲੰਗਰ ਦਾ ਇੰਤਜ਼ਾਮ ਇੱਥੇ ਹੈ। ਲੇਕਿਨ ਅਸੀਂ ਗਏ ਹਾਂ ਤਾਂ ਉਹਨਾਂ ਕਿਹਾ ਜੀ ਮਜਲਿਸ ਤੋਂ ਥੋੜ੍ਹੀ ਦੇਰ ਬ੍ਰੇਕ ਹੋਈ ਹੈ ਮਜਲਿਸ ਦੀ ਵਜ੍ਹਾ ਤੋਂ, ਅਤੇ ਅਸੀਂ ਕਿਹਾ ਕਿ ਪਹਿਲੇ ਬੀਬੀ ਸੈਨ ਦੀ ਜ਼ਿਆਰਤ ਅਤੇ ਬਾਅਦ 'ਚੋਂ ਪੇਟ ਪੂਜਾ, ਕਿਉਂਕਿ ਜਿਹੜੇ ਪਾਕਾਂ ਦੇ ਦਰ 'ਤੇ ਆਏ ਹਾਂ, ਜਿਨ੍ਹਾਂ ਸਾਰੀ ਜ਼ਿੰਦਗੀ ਸਾਨੂੰ ਰੋਟੀ ਅਤਾ ਕਰਨੀ ਹੈ, ਅਲੀ ਦੇ ਬੱਚਿਆਂ ਦਾ ਲੰਗਰ ਖਾ ਰਹੇ ਹਾਂ 24 ਘੰਟੇ, ਅਤੇ ਪਹਿਲੇ ਉਹਨਾਂ ਦੀ ਜ਼ਿਆਰਤ ਕਰੀਏ ਨਾ। ਹਾਂਜੀ, ਇਹ ਲੰਗਰ ਇੱਧਰ ਮਰੀਂਦਾ ਪਿਆ ਜੇ, ਅਤੇ ਉਹ ਸਾਹਮਣੇ ਮਜਲਿਸ ਹੋ ਰਹੀ ਜੇ ਪਾਕਿਸਤਾਨੀ। ਸੁਬਹਾਨ ਅੱਲਾ, ਸੁਬਹਾਨ ਅੱਲਾ, ਕਿਆ ਬਾਤ ਹੈ ਮੁਰਸ਼ਦਜ਼ਾਦੀ ਤੇਰੀ। ਇਹ ਵੇਖੋ, ਅਤੇ ਇਹ ਮਜਲਿਸ ਅੱਗੇ ਹੋ ਰਹੀ ਜੇ, ਅਤੇ ਇਹ ਅਸੀਂ ਹਾਲੇ ਵੀ ਉੱਪਰ ਜਾਣਾ ਹੈ, ਹਾਲੇ ਇੱਥੇ ਨਹੀਂ ਜ਼ਿਆਰਤ ਆਈ, ਕਿ ਤੁਸੀਂ ਸਮਝ ਗਿਆ ਹੋ ਕਿ ਜ਼ਿਆਰਤ ਆ ਗਈ ਹੈ, ਨਹੀਂ ਹਾਲੇ ਜ਼ਿਆਰਤ ਉੱਤੇ ਆ। ਇਹ ਤਾਂ ਹਾਲੇ ਅਸੀਂ ਸੇਨ 'ਚ ਪਹੁੰਚੇ ਹਾਂ, ਸੇਨ ਦੇ ਵਿੱਚ, ਅਤੇ ਜ਼ਿਆਰਤ 'ਤੇ ਪਹੁੰਚ ਰਹੇ ਹਾਂ। ਇਹ ਮਜਲਿਸ ਪੜ੍ਹ ਰਿਹਾ, ਅਤੇ ਅੱਗੇ ਤੁਹਾਨੂੰ ਵਿਖਾਉਣੇ ਜਗ੍ਹਾ ਜਿੱਥੇ ਬੀਬੀ ਪਹਾੜੀ ਦੇ ਅੰਦਰ ਗਾਇਬ ਰਹੀ, ਉਹ ਵੀ ਜਗ੍ਹਾ ਤੁਹਾਨੂੰ ਵਿਖਾਉਣੇ ਆ। ਇਹ ਹੁਣ ਸੀੜੀਆਂ ਚੜ੍ਹਨੀਆਂ, ਅਤੇ ਉੱਪਰ ਫਿਰ ਸੀੜੀਆਂ ਨੇ। ਇਹ ਪਾਣੀ ਦੀ ਟੈਂਕੀ ਜੇ, ਕਿਉਂਕਿ ਇੱਥੋਂ ਦਾ ਪਾਣੀ ਪੀਣ ਵਾਲਾ ਨਹੀਂ, ਅਤੇ ਇਹ ਸੀੜੀਆਂ ਜਾਂਦੀਆਂ ਜਿੱਥੇ ਬੀਬੀ ਸੈਨ ਪਹਾੜੀ ਦੇ ਵਿੱਚ ਲੁਕੇ ਰਹਿ ਕੇ ਲਾਂਤੀ ਅੱਗੇ ਪਿੱਛੇ ਹੋ ਜਾਣ, ਲੇਕਿਨ ਲਾਂਤੀਆਂ ਨੇ ਬੀਬੀ ਸੈਨ ਦਾ ਪਿੱਛਾ ਨਹੀਂ ਛੱਡਿਆ। ਅਖੀਰ ਅੱਲਾਹ ਤਾਲਾ ਅੱਗੇ ਦੁਆ ਕੀਤੀ, ਜ਼ਮੀਨ ਚੌਕ ਹੋਈ ਅਤੇ ਬੀਬੀ ਸੈਨ ਪਰਦਾਪੋਸ਼ ਹੋ ਗਈ। ਅਤੇ ਇਹ ਵੀ ਕਿਸੇ ਨੂੰ ਖਵਾਬ 'ਚ ਬੀਬੀ ਸੈਨ ਟੱਕਰੀ ਹੋਣੀ ਹੈ, ਅਤੇ ਇੱਥੇ ਜ਼ਰੀ ਬਣੀ ਹੈ, ਕਿਉਂਕਿ ਇਹਨਾਂ ਪਾਕਾਂ ਦਾ ਜਿੱਥੇ ਵੀ ਜ਼ਰੀ ਦਾ ਜ਼ਹੂਰ ਹੋਇਆ ਨਾ, ਅਤੇ ਉਹਨਾਂ ਨੂੰ ਇਹ ਖਵਾਬ ਦੇ ਵਿੱਚ ਟੱਕਰਦੇ ਨੇ ਕਿਸੇ ਬਾਦਸ਼ਾਹ ਨੂੰ ਕਿ ਇੱਥੇ ਅਸੀਂ ਹੈ ਹਾਂ, ਅਤੇ ਇੱਥੇ ਸਾਡੀ ਜ਼ਰੀ ਬਣਾ ਦਿੱਤੀ ਜਾਏ। ਕਿਸੇ ਆਮ ਬੰਦੇ ਨੂੰ ਤਾਂ ਉਹ ਖਵਾਬ ਵਿੱਚ ਟੱਕਰਦੇ ਨਹੀਂ, ਅਤੇ ਉਹਨੂੰ ਹੀ ਟੱਕਰਦੇ ਜੋ ਸਾਹਿਬ ਹਸੀਅਤ ਹੋਵੇ। ਇਹ ਜੀ ਪੂਰਾ ਲਿਖਿਆ ਹੋਇਆ ਬੀਬੀ ਸੈਨ ਦਾ ਲਕਬ ਮੁਬਾਰਕ, ਅਤੇ ਚੜ੍ਹਾਈ ਦੀ ਵਜ੍ਹਾ ਤੋਂ ਮੈਂ ਅਤੇ ਮੇਰੀਆਂ ਬੇਟੀਆਂ ਅਸੀਂ ਆਏ ਹਾਂ, ਲੇਕਿਨ ਮੇਰੀ ਬੇਗਮ ਹਿੰਮਤ ਹਾਰ ਗਈ ਉੱਥੇ ਥੱਲੇ ਹੀ, ਛੋਟੀ ਬੱਚੀ ਮਨਸੂਮਾ ਦੇ ਵਾਸਤੇ ਉਹ ਉੱਥੇ ਥੱਲੇ ਹੀ ਬੈਠ ਗਈ ਕਾਂਠੀ 'ਤੇ ਜਿੱਥੋਂ ਪਹਾੜੀ 'ਤੇ ਚੜ੍ਹੀਦਾ, ਅਤੇ ਲੇਕਿਨ ਅਸੀਂ ਕਾਫਲੇ ਦੇ ਨਾਲ ਦੋ ਮੇਰੀਆਂ ਬੇੜੀਆਂ ਅਤੇ ਇੱਕ ਮੈਂ ਆਏ ਹਾਂ ਉੱਪਰ ਜ਼ਿਆਰਤ ਕਰਨ। ਹਾਂਜੀ, ਹਾਲੇ ਵੀ ਨਹੀਂ ਪਹੁੰਚੇ, ਵੇਖਿਆ ਜੇ ਬੀਬੀ ਹੁਸੈਨ ਕਿੱਡੀ ਬੁਲੰਦੀ 'ਤੇ ਪਹੁੰਚੀ, ਉਹ ਸਾਹਮਣੇ ਜ਼ਿਆਰਤ ਜੇ ਬੀਬੀ ਹੁਸੈਨ ਦੀ। ਇਹ ਸੀੜੀਆਂ ਉੱਪਰ ਚੜ੍ਹਾਂਗੇ, ਚੜ੍ਹ ਕੇ ਉੱਪਰ ਜਾਵਾਂਗੇ, ਅਤੇ ਅੱਗੇ ਬੀਬੀ ਹੁਸੈਨ ਦੀ ਅੰਦਰ ਇੱਕ ਜਿਵੇਂ ਆਪਣੇ ਪਿੰਡ ਥਾਂ ਦਾ ਕਮਰਾ ਹੁੰਦਾ, ਉਸ ਤਰ੍ਹਾਂ ਕਮਰੇ ਦਾ ਨਾ ਕਮਰਾ ਹੈ, ਅਸਲਾਮ ਬਰ ਹੁਸੈਨ ਸ਼ਹੀਦ, ਉੱਪਰ ਲਿਖੀਚਾ ਹੈ ਬੀਬੀ ਸ਼ਹਿਜ਼ਾਦੀ ਕੌਣਾਂ ਸ਼ਹਿਰ ਬਾਨੋ।
ਇਹ ਜੀ ਆ ਗਿਆ ਉੱਤੇ, ਇੱਥੇ ਵੀ ਮਾਤਮਦਾਰੀ ਹੋ ਰਹੀ ਹੈ। ਇਹ ਵੇਖੋ ਮੁਸਾਹਿਬ ਪੜ੍ਹੇ ਜਾ ਰਿਹਾ ਅਤੇ ਮਾਤਮਦਾਰੀ ਹੋ ਰਹੀ ਹੈ। ਇਹ ਕੋਈ ਸਿੰਧ ਤੋਂ ਕਾਫਲਾ ਆਇਆ ਅਤੇ ਇਮਾਮ ਸੱਜਾਦ ਅਲੈਹ ਇਸਲਾਮ ਦਾ ਨਾਲ ਖਿੱਚਿਆ ਸਾਹਮਣੇ, ਅਤੇ ਇਹ ਤੁਹਾਨੂੰ ਮਾਤਮਦਾਰੀ ਇੱਥੇ ਕੀਤੀ ਥੋੜ੍ਹੀ ਦੇਰ, ਅਤੇ ਇਹ ਤੁਹਾਨੂੰ ਲੈ ਚੱਲੇ ਹਾਂ ਜੀ ਬੀਬੀ ਸ਼ਹਿਰ ਬਾਨੋ। ਇਹ ਜੀ ਛੋਟੀ ਜਿਹੀ ਦਰੀ ਬਣਾਈ ਹੈ, ਇਹ ਜੀ ਬੀਬੀ ਸ਼ਹਿਰ ਬਾਨੋ ਦੀ ਜ਼ਰੀ ਮੁਬਾਰਕ। ਉਹ ਅੰਦਰ ਉਹਨਾਂ ਦੂਰ ਕੀਤੀ ਹੈ ਨਾ ਜ਼ਰੀ ਤੋਂ, ਦੂਰ ਜੰਗਲਾ ਲਾਇਆ ਤਾਂ ਕਿ ਮਰਦ ਦਾ ਹੱਥ ਨਾ ਲੱਗ ਸਕੇ ਕਿਸੇ ਗੈਰ ਮਹਿਰਮ ਦਾ ਉਸ ਜ਼ਰੀ ਨੂੰ। ਇਹ ਜ਼ਿਆਰਤ ਜੇ ਉੱਪਰ ਬੀਬੀ ਸੈਨ ਦੀ, ਇੱਥੇ ਦੋ ਰਕਤ ਨਮਾਜ਼ ਹਦੀਆ ਤਨ ਬੀਬੀ ਸ਼ਹਿਰ ਬਾਨੋ ਦੇ ਨਾਮ ਦੀ ਪੜ੍ਹੀ ਜਾਂਦੀ ਹੈ। ਜਿਹੜਾ ਕਿਸੇ ਵੀ ਜ਼ਰੀ 'ਤੇ ਆਓ ਦੋ ਰਕਤ ਨਮਾਜ਼ ਵਾਜਬ ਹੈ ਮੂਮਨ 'ਤੇ। ਇਹ ਵੇਖੋ ਇਹ ਵੀ ਜ਼ਿਆਰਤ ਕਰੋ, ਇਹ ਚੀਜ਼ ਇੱਕ ਹੀ ਹੈ, ਉਹ ਦੁਰਾ ਉੱਤੋਂ ਦੀ ਹੋ ਕੇ ਉਹਨਾਂ ਕੋਲ ਦੇ ਕਰਕੇ ਜ਼ਰੀ ਵਿਖਾਈ ਹੈ, ਅਤੇ ਇਹ ਥੋੜ੍ਹੀ ਜ਼ਰਾ ਦੂਰ 'ਤੇ ਹੈ। ਇਹ ਜੇ ਬੀਬੀ ਸ਼ਹਿਰ ਬਾਨੋ ਦੀ ਜ਼ਿਆਰਤ, ਦੁਆ ਕਰ ਲਓ ਅੱਲਾਹ ਤਾਲਾ ਹਰ ਇੱਕ ਦੀ ਨੇਕ ਹਾਜਾਤ ਕਬੂਲੀ ਕਰੇ, ਔਰ ਮੇਰੇ ਫੈਮਿਲੀ ਮੈਂਬਰ ਜਿਹੜੇ ਮੇਰੀ ਵੀਡੀਓ ਵੇਖ ਰਹੇ ਨੇ ਅੱਲਾਹ ਤਾਲਾ ਉਹਨਾਂ ਦੀ ਹਰ ਦੁੱਖ ਤਕਲੀਫ ਪਰੇਸ਼ਾਨੀ ਇਸ ਪਾਕ ਮੁਰਸ਼ਦਜ਼ਾਦੀ ਦੇ ਸਦਕੇ ਦੂਰ ਕਰੇ, ਅਤੇ ਜੋ ਜੋ ਕਿਸੇ ਦੀ ਦਿਲੀ ਹਾਜਾਤ ਹੈ ਅੱਲਾਹ ਤਾਲਾ ਪੂਰੀ ਕਰੇ ਇਸ ਬੀਬੀ ਹੁਸੈਨ ਦੇ ਸਦਕੇ। ਹਾਂਜੀ ਵੇਖਿਆ ਕਿੰਨੀ ਬੁਲੰਦੀ 'ਤੇ ਬੀਬੀ ਹੁਸੈਨ ਦੀ ਜ਼ਰੀ ਮੁਬਾਰਕ ਹੈ, ਅਤੇ ਹੁਣ ਅਸੀਂ ਇੱਥੋਂ ਨਿਕਲਣਾ ਹੈ ਅਤੇ ਇੱਕ ਜ਼ਿਆਰਤ ਹੈ ਇੱਥੇ। ਹਾਂਜੀ ਕੀਤੀਆਂ ਜ਼ਿਆਰਤਾਂ ਬੀਬੀ ਸ਼ਹਿਰ ਬਾਨੋ ਅਤੇ ਮੌਲਾ ਦੀ ਕਦਮ ਗਾਂ ਵੇਖਿਆ, ਇਹ ਤੁਸੀਂ ਹਿਸਾਬ ਲਾਓ ਕਿ ਕਿੱਥੇ ਕਰਬਲਾ ਲਾਂਤੀ ਚਾਹੁੰਦੇ ਸਨ ਕਿ ਮੌਲਾ ਹੁਸੈਨ ਤੋਂ ਬਾਅਦ ਬੀਬੀ ਹੁਸੈਨ ਨਾਲ ਬੀਬੀ ਸ਼ਹਿਰ ਬਾਨੋ ਨਾਲ ਉਹ ਲਾਂਤੀ, ਹਾਲਾਂਕਿ ਰਿਸ਼ਤੇ 'ਚ ਉਹ ਫੁੱਫੀ ਲੱਗਦੀ ਸੀ, ਉਹਨੇ ਨਿਕਾਹ ਕਰਨਾ ਚਾਹੁੰਦਾ ਸੀ ਲਾਂਤੀ, ਅਤੇ ਮੌਲਾ ਨੇ ਮੁਤਜ਼ਿਲ ਨੂੰ ਆਪਣੀ ਸਵਾਰੀ ਨੂੰ ਹੁਕਮ ਦਿੱਤਾ ਕਿ ਬੀਬੀ ਹੁਸੈਨ ਨੂੰ ਲੈ ਕੇ ਦੂਰ ਨਿਕਲ ਜਾ। ਅਤੇ ਵੇਖੋ ਕਰਬਲਾ ਤੋਂ ਤਹਿਰਾਨ ਕੋਈ ਥੋੜ੍ਹਾ ਕਨਾ ਫਾਸਲਾ ਨਹੀਂ, ਬੰਦਾ ਜੇ ਗੱਡੀ 'ਤੇ ਆਪਣੀ ਕਾਰ 'ਤੇ ਵੀ ਆਵੇ ਨਾ ਦੋ ਦਿਨ ਦੋ ਰਾਤਾਂ ਲੱਗਦੀਆਂ। ਉੱਥੋਂ ਮੌਲਾ ਦਾ ਜ਼ੁਲਜਨਾ ਬੀਬੀ ਨੂੰ ਲੈ ਕੇ ਤਹਿਰਾਨ ਸ਼ਹਿਰ ਦੀ ਉੱਚੀ ਪਹਾੜੀ 'ਤੇ ਪਹੁੰਚਿਆ, ਅਤੇ ਲਾਂਤੀ ਉੱਥੇ ਵੀ ਨਹੀਂ ਸੀ ਖਲੇ ਮਗਰ ਪਹੁੰਚ ਗਿਆ ਸਨ, ਅਤੇ ਫਿਰ ਬੀਬੀ ਹੁਸੈਨ ਨੇ ਰੱਬ ਅੱਗੇ ਦੁਆ ਕੀਤੀ ਕਿ ਉਸ ਪਹਾੜੀ ਦੇ ਵਿੱਚ ਬੀਬੀ ਹੁਸੈਨ ਰੂਹ ਖੋਸ਼ ਹੋ ਗਈ। ਅਤੇ ਅੱਜ ਵੀ ਵੇਖੋ ਏਡੀ ਉੱਚੀ ਪਹਾੜੀ 'ਤੇ, ਕਿਉਂਕਿ ਬੰਦਾ ਚੜ੍ਹਦਾ ਚੜ੍ਹਦਾ ਸਾਹ ਚੜ੍ਹ ਜਾਵੇ, ਅਤੇ ਅੱਜ ਵੀ ਇਸ ਇਲਾਕਿਆਂ ਵਿੱਚ ਲਾਂਤੀ ਆਇਆ ਨੇ, ਸਾਡਾ ਗੱਡੀ ਵਾਲਾ ਸੀ ਉਹ ਬੀਬੀਆਂ ਜੇ ਬਾਹਰ ਵਾਸ਼ਰੂਮ ਕਰ ਨਿਕਲੇ ਅਤੇ ਉਹ ਦਰਵਾਜ਼ਾ ਉਹਨੇ ਖੋਲ੍ਹ ਦਿੱਤਾ ਹੈ, ਅਤੇ ਦੁਬਾਰਾ ਉਹ ਅੰਦਰ ਬਿਠਾਉਣ ਵਾਸਤੇ ਖੋਲ੍ਹਦਾ ਨਹੀਂ ਸੀ, ਉਹਦਾ ਹੀ ਘੈਂਟਾ ਪੂਰਾ ਹੋਵੇਗਾ ਅਤੇ ਖੋਲ੍ਹਾਂਗੇ, ਤਾਂ ਨਾ ਸਾਨੂੰ ਇਹਨਾਂ ਦੀ ਸਮਝ ਲੱਗਦੀ ਹੈ ਅਤੇ ਨਾ ਇਹਨਾਂ ਨੂੰ ਸਾਡੀ ਲੱਗਦੀ ਹੈ, ਅਸੀਂ ਕੁਛ ਬੋਲਦੇ ਹਾਂ ਉਹ ਕੁਛ ਬੋਲਦੇ ਨੇ। ਅਤੇ ਇਸ ਵਾਸਤੇ ਇਹਨਾਂ ਇਲਾਕਿਆਂ ਵਿੱਚ ਆਉਣ ਵਾਸਤੇ ਥੋੜ੍ਹੀ ਕਨੀ ਫਾਰਸੀ ਜਾਂ ਅਰਬੀ ਬੰਦੇ ਨੂੰ ਆਉਣੀ ਚਾਹੀਦੀ ਤਾਂ ਕਿ ਉਹਨਾਂ ਦੀ ਸਮਝ ਲੱਗੇ, ਅਤੇ
ਬੰਦੇ ਨੂੰ ਉਹਨਾਂ ਨਾਲ ਗੱਲ ਕਰਨ ਦਾ ਪਤਾ ਹੋਵੇ। ਦੇਖੀਆਂ ਤੁਸੀਂ ਗੱਡੀਆਂ, ਅਗਾਂਹ ਹੁਣ ਕੁੰਮ ਜਾ ਰਹੇ ਹਾਂ ਅਤੇ ਤੁਹਾਨੂੰ ਕੁੰਮ ਦੀਆਂ ਜ਼ਿਆਰਤਾਂ ਕਰਾਵਾਂਗੇ, ਉਸ ਤੋਂ ਬਾਅਦ ਮੌਲਾ ਅਰਦਾਸ ਦੇ ਆਉਣਾ, ਮੌਲਾ ਅਰਦਾਸ ਦੀ ਜ਼ਿਆਰਤ ਕਰਵਾਵਾਂਗੇ। ਅਤੇ ਮੇਰੀ ਵੀਡੀਓ ਨਾਲ ਜੁੜੇ ਰਹੋ, ਮੇਰੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਬੈਲ ਦੇ ਬਟਨ ਨੂੰ ਦਬਾਓ ਤਾਂ ਕਿ ਤੁਹਾਡੇ ਭੈਣ ਭਰਾਵਾਂ ਦੇ ਤਾਮਨ ਨਾਲ, ਅਤੇ ਯਾਰ ਤੁਸੀਂ ਹੈ ਜਿਹਦੇ ਮੈਂ ਹਾਂ, ਅਤੇ ਮੇਰਾ ਵੀਰ ਵੀਡੀਓ ਨੂੰ ਲਾਈਕ ਕਰਿਆ ਕਰੋ, ਵੇਖੋ ਵੀਡੀਓ ਨੂੰ ਲਾਈਕ ਕਰੋ, ਮੌਲਾ ਅੱਗੇ ਦੁਆ ਕਰੋ ਕਿ ਜਿਹੜਾ ਜਿਹੜਾ ਮੇਰਾ ਭਰਾ ਮੇਰੀ ਭੈਣ ਇੱਥੇ ਨਹੀਂ ਪਹੁੰਚੀ, ਅੱਲਾਹ ਤਾਲਾ ਸਭ ਦੀਆਂ ਜ਼ੁਆਰੀਆਂ ਜ਼ਿਆਰਤਾਂ ਦੀ ਮੋਹਰ ਲਾਵੇ, ਮੌਲਾ ਗਾਜ਼ੀ ਅੱਬਾਸ ਸਲਮਾਨ ਲਾ, ਅਤੇ ਤੁਸੀਂ ਇੱਥੇ ਪਹੁੰਚੋ ਅਤੇ ਜ਼ਿਆਰਤ ਕਰੋ, ਅਤੇ ਜ਼ਿਆਰਤ ਕਰੋਗੇ ਤਾਂ ਤੁਸੀਂ ਵੀ ਮੇਰੇ ਤਰ੍ਹਾਂ ਦੀਵਾਨੇ ਹੋ ਜਾਓਗੇ ਇਸ ਜਗ੍ਹਾ 'ਤੇ, ਕਿਉਂਕਿ ਜੰਨਤ ਦੇ ਰਸਤਿਆਂ ਵਿੱਚੋਂ ਇੱਕ ਰਸਤਾ ਹੈ ਕਰਬਲਾ ਦਾ ਰਸਤਾ। ਮਿਲਦੇ ਹਾਂ ਕੱਲ੍ਹ ਇੱਕ ਨਵੇਂ ਬਲੌਗ ਦੇ ਸਾਥ ਨਾਲ, ਕੱਲ੍ਹ ਤੱਕ ਲਈ ਅੱਲਾਹ ਹਾਫਿਜ਼।